ਨਹੀਂ ਬੋਲਦੀ ਮੇਰੇ ਤੁਹਾਡਾ ਪਿਆਰ ਬੋਲਦਾ ਦੋਸਤੋ ਪਿਆਰਿਓ ਦੇਖੋ ਅਖਤਰ ਲਾਵਾ ਦੁਨੀਆਂ ਤੇ ਆਇਆ ਖੁਸ਼ੀਆਂ ਵਖੇਰਦਾ ਮੈਂ ਕਿਸੇ ਕੋਲ ਪੈਸੇ ਨਹੀਂ ਲੈਂਦਾ ਤੁਹਾਡੇ ਤਰ੍ਹਾਂ ਹੈ ਲੋਕਾਂ ਨੂੰ ਵੇਚਦਾ ਆਪ ਸਭ ਕੁਛ ਕਰਦੇ ਹੋ ਅਖਤਰ ਲਾਵਾ ਦੁਨੀਆਂ ਨੂੰ ਸਹਾਂਦਾ ਮੁਜਰਮ ਬਣ ਗਿਆ ਇਸੇ ਲਈ ਆਪਣੇ ਗਿਰੇਵਾਂ ਚ ਮੂੰਹ ਪਾਓ ਇਹ ਦੇਖੋ ਜੇ ਕਰਕੇ ਦਿਖਾਓਗੇ ਤੇ 1 ਕਰੋੜ ਰੁਪਈਆ ਅਖਤਰ ਲਾਵਾ ਦੇਗਾ ਮੈਂ ਗਰੀਬ ਆਦਮੀ ਨਹੀਂ ਹਾਂ ਅੱਲਾ ਨੇ ਬੜਾ ਕੁਛ ਦਿੱਤਾ ਹੈ ਲਾਹੌਰ ਦਾ ਪਾਵਾ ਅਖਤਰ ਲਾਵਾ اچھا شاعری بھی آپ کرتے ہیں ماشاء اللہ زبردست کلام آپ پڑھتے ہیں جی زبردست تو نہیں کتنا پڑھے ہوئے ہیں 8 پڑھے ہوئے دیکھ لیں جی 8 پڑھے ہوئے بندے کا بھی اتنا زیادہ نالج ہے کہ وہ اپنے وطن سے محبت کا جذبہ تو خیر ہر انسان کے اندر ہے مگر باقاعدہ کلام پڑھنا شاعری کرنا جی جی تو شاعری ہو جائے پھر میرا جڑا گانا نہیں ہٹ ہویا جی ان دے چ کہنے ہیں ਕੋਈ ਕਿਸੇ ਨੇ ਵਜ਼ੀਰ ਆਜ਼ਮ ਨੇ ਮੈਨੂੰ ਕਿਹਾ ਜੀ ਮੇਰੀ ਬਾਤ ਚੈੱਕ ਕਰ ਲੈਣਾ ਮੈਂ ਕਹਿਣਾ ਓ ਇੰਡੀਆ ਵਾਲਿਓ ਅਸੀਂ ਬਹੁਤ ਦਲੇਰ ਕੌਮ ਆ ਅਸੀਂ ਨਹੀਂ ਡਰਦੇ ਆ ਲਾਹੌਰ ਦਾ ਪਾਵਾ ਕਹਿ ਰਿਹਾ ਹੈ ਅਗਲਾ ਉਂਝ ਹੀ ਡਰ ਜਾਂਦਾ ਏਦਾਂ ਤੇ ਦੂਸਰਾ ਕਿ ਤੁਹਾਨੂੰ ਕਰਕੇ ਜਾਣਾ ਕਿਉਂ ਕਿ ਮੈਂ ਮੇਰਾ ਮਕਸਦ ਦੁਨੀਆਂ ਨੂੰ ਹਸਾਉਣਾ ਮੇਰਾ ਮਕਸਦ ਨਹੀਂ ਮੈਂ ਮੈਡਮ ਤੁਹਾਨੂੰ ਕਰਕੇ ਦਿਖਾਉਣਾ ਆਪਣੇ ਪਬਲਿਕ ਲਈ ਆ ਜਿਹੜੇ ਟੀਵੀ ਵਾਲੇ ਮੈਨੂੰ ਕਹਿੰਦੇ ਨੇ ਨਾ ਅਖਤਰ ਲਾਵਾ ਕਿੱਧਰੋਂ ਦੀ ਆ ਗਿਆ ਮੈਨੂੰ ਪੈਦਾ ਹੀ ਪਾਕਿਸਤਾਨ ਦੀ ਧਰਤੀ ਤੇ ਕੀਤਾ ਅੱਲਾਹ ਤਾਲਾ ਨੇ ਮੈਂ ਪਾਕਿਸਤਾਨ ਨੂੰ ਪਿਆਰ ਕਰਨਾ ਆਈ ਲਵ ਯੂ ਕਰਨਾ ਵਾ ਇਸ ਜ਼ਮੀਨ ਹੈ ਇੱਥੇ ਪਾਵਰਫੁਲ ਇਨਸਾਨ ਰਹਿੰਦੇ ਨੇ ਕੁਝ ਲੋਕ ਮੁਲਕ ਦੇ ਗੱਦਾਰ ਵੀ ਲੈਂਦੇ ਨੇ ਉਹ ਕੋਈ ਗੱਲ ਨਹੀਂ ਅੱਲਾਹ ਉਹਨਾਂ ਨੂੰ ਆਪ ਹੀ ਗਰਮ ਕਰੇਗਾ ਆ ਦੇਖੋ ਮੈਂ ਨਹੀਂ ਬੋਲਦਾ ਮੇਰੇ ਤੁਹਾਡਾ ਪਿਆਰ ਬੋਲਦਾ ਚਾਹ ਨਾ ਲਿਓ ਮੈਂ ਟਕੇ ਦਾ ਨਹੀਂ ਤੁਸੀਂ ਲੱਖਾਂ ਦੇ ਹੋ ਜਿਹੜੇ ਮੈਨੂੰ ਪਿਆਰ ਕਰਦਾ ਨਾ ਮਾਮੂਲੀ ਚੀਜ਼ ਨਹੀਂ ਅਖਤਰ ਲਾਵਾ ਇੱਕ ਬ੍ਰਾਂਡ ਬਣ ਚੁੱਕਾ ਹੈ ਲਾਹੌਰ ਦਾ ਪਾਵਾ ਅਖਤਰ ਲਾਵਾ ਦੁਸ਼ਮਣੋਂ ਕਰਕੇ ਦਿਖਾਓ ਜ਼ਰਾ ਜ਼ਬਰਦਸਤ ਔਰ ਮਜ਼ਾ ਆ ਗਿਆ ਆਪ ਲੋਗੋ ਕੋ ਵੀ ਬਹੁਤ ਅੱਛਾ ਲਗਾ ਹੋਗਾ ਪੂਰਾ ਪੁਰਜੋਸ਼ ਅੰਦਾਜ਼ ਸੇ ਇਹਨਾਂ ਨੇ ਜਿਸ ਤਰ੍ਹਾਂ ਸੇ ਲਾਵਾ ਘੁਮਾਇਆ ਹੈ ਔਰ ਪਾਵਾ ਬਣਾਇਆ ਹੈ ਮੁਝੇ ਤਾਂ ਯੂੰ ਹੀ ਲੱਗ ਰਿਹਾ ਥਾ ਕਿ ਅਖਤਰ ਸਾਹਿਬ ਕੋਈ ਜੋੜ ਛੋੜਨਾ ਆਪਕੋ ਕੋਈ ਸਲੋਗਨ ਯਾਦ ਆਇਆ ਕਿ ਇਨ ਕਿਤਨੇ ਹੈ ਇਨਕੇ ਐਕਸ਼ਨਸ ਔਰ ਇਨਕੇ ਜਿਤਨੇ ਵੀ ਸਲੋਗਨਸ ਹੈ ਵੋ ਮੈਂ ਦੇਖ ਰਹਾ ਹੂੰ ਤੋ ਏਕਦਮ ਸੇ ਵੋ ਮੁਝੇ ਲਾਈਨ ਆਈ ਮੈਨੇ ਕਹਾ ਵੋ ਜ਼ਰੂਰ ਮੈਂ ਇਨਕੀ ਨਜ਼ਰ ਕਰੂੰਗਾ ਮਿਹਰਬਾਨੀ ਕਿ ਦੁਸ਼ਮਣਾਂ ਨੂੰ ਖਾ ਗਿਆ ਹਵਾ ਅਖਤਰ ਲਾਵਾ ਅਖਤਰ ਲਾਵਾ ਉਹ ਕੀ ਕਹਿ ਦਿੱਤਾ ਜੇ ਉਹ ਕੀ ਕਹਿ ਦਿੱਤਾ ਜੇ ਪਤਾ ਨੀ ਕੀ ਕਿਹਾ ਜੀ ਲੈ ਜ਼ਬਰਦਸਤ ਬਣ ਗਿਆ ਜ਼ਬਰਦਸਤ ਹੋ ਗਿਆ ਜੀ ਮੈਂ ਤਾਂ ਬਲਕਿ ਮੈਂ ਇਨਕੋ ਬਤਾ ਰਹੀ ਥੀ ਕਿ ਜਬ ਇਤਨੇ ਇਨਕੇ ਸਲੋਗਨਸ ਆ ਗਏ ਹੈ ਕੋਈ ਕਹਿ ਰਹਾ ਹੋਤਾ ਜੀ ਮੰਜੀ ਦਾ ਪਾਵਾ ਕੋਈ ਕਿਸੀ ਚੀਜ਼ ਕਾ ਕੋਈ ਫੱਜੇ ਦਾ ਪਾਵਾ ਤੋ ਕੁਛ ਦਿਨ ਪਹਿਲੇ ਮੈਂ ਚੋਕਲੇਟ ਖਾ ਰਹੀ ਥੀ ਮੋਲਟਨ ਲਾਵਾ ਤੋ ਵੋ ਖਾਤੇ ਖਾਤੇ ਮੁਝੇ ਯਾਦ ਆਇਆ ਕਿ ਮੋਲਟਨ ਲਾਵਾ ਅਖਤਰ ਲਾਵਾ ਲਾਹੌਰ ਦਾ ਪਾਵਾ ਅੱਜ ਤੁਸੀਂ ਇੱਕ ਇਜ਼ਾਫਾ ਕਰ ਦਿੱਤਾ ਜੀ ਆਪਕਾ ਵੀ ਬਹੁਤ ਸ਼ੁਕਰੀਆ ਆਪਕੀ ਸਾਰੀ ਟੀਮ ਕਾ ਬਹੁਤ ਸ਼ੁਕਰੀਆ ਕਿ ਆਪ ਲੋਗ ਆਏ ਔਰ ਆਪਣਾ ਟਾਈਮ ਦਿਆ ਅਖਤਰ ਸਾਹਿਬ ਪ੍ਰੋਗਰਾਮ ਕਾ ਵਕਤ ਚੁਕੇ ਖਤਮ ਹੋਣੇ ਜਾ ਰਿਹਾ ਹੈ ਤੋ ਕੋਈ ਜਾਤੇ ਜਾਤੇ ਮੈਸੇਜ ਉਨ ਲੋਗੋਂ ਕੇ ਲੀਏ ਜੋ ਕਿ ਕ੍ਰਿਟੀਸਾਈਜ਼ ਵੀ ਕਰਤੇ ਹੈ ਮਗਰ ਕਹਤੇ ਹੈ ਕਿ ਜੋ ਲੋਗ ਆਪਕੇ ਮੁਖਾਲਿਫ ਹੋਤੇ ਹੈ ਵੋ ਵੀ ਆਪਕੋ ਹੌਸਲਾ ਦੇਤੇ ਹੈ ਔਰ ਬੁਲੰਦੀ ਪੇ ਜਾਣੇ ਕਾ ਜੀ ਜੀ ਦੇਖੋ ਮੈਮ ਮੈਂ ਕਹਿਣਾ ਮੈਂ ਬਾਹਰ ਦੇ ਮੁਲਕੋਂ ਆਇਆ ਵਾਂ ਮੈਂ ਨਹੀਂ ਕਿਸੇ ਕੋਲ ਥੜਦਾ ਕਿਉਂਕਿ ਬਹੁਤ ਅੱਛੀ ਚੀਜ਼ ਨੇ ਜਦੋਂ ਸਾਡੇ ਕੁਰਾਨ ਚ ਹੈਗਾ ਹਦੀਸ ਚ ਹੈਗਾ ਮੈਂ ਲੋਕਾਂ ਨਾਲ ਪਿਆਰ ਕਰਨਾ ਵਾ ਜਦੋਂ ਇਨਸਾਨ ਪਿਆਰ ਕਰਦਾ ਫਿਰ ਉਹਦੀ ਬੁਰਾਈ ਨਹੀਂ ਵੇਖਦਾ ਹੈ ਤੇ ਮੇਰੀ ਬੁਰਾਈ ਨਾ ਵੇਖੋ ਮੈਂ ਵੀ ਇਨਸਾਨ ਆ ਹੋ ਜਾਂਦੀ ਹੋਏਗੀ ਮੈਂ ਨੀ ਕਹਿੰਦਾ ਮੈਂ ਫਰਿਸ਼ਤਾ ਵਾਂ ਲੇਕਿਨ ਸੜਨਾ ਸੁਣਨਾ ਛੱਡ ਦਿਓ ਆਪਣੀ ਨੇਕੀਆਂ ਮੈਨੂੰ ਦੇ ਰਹੇ ਹੋ ਤੇ ਬੱਚਿਆਂ ਨੂੰ ਮੈਸੇਜ ਇਹ ਵੇ ਕਿ ਤੁਸੀਂ ਆਪਣੇ ਮਾਂ ਪਿਓ ਦੀ ਖਿਦਮਤ ਕਰੋ ਮਸਾਇਆਂ ਨਾਲ ਰੋੜਾਂ ਤੇ ਗੁੱਸੇ ਚ ਨਾ ਆਓ ਜੇਲ੍ਹ ਬੁਰਾ ਟਿਕਾਣਾ ਹੈ ਦੁਨੀਆਂ ਦੀ ਜਹਨਮ ਹੈ ਤੇ ਅਗਲੀ ਜਹਨਮ ਕਿੱਡੀ ਮੁਸ਼ਕਲ ਹੋਏਗੀ ਹੈ ਰੱਬ ਨੇ ਬਣਾਈ ਹੈ ਤੁਸੀਂ ਪਿਆਰ ਕਰੋ ਇਨਸਾਨੀਅਤ ਨਾਲ ਹੈ ਪਿਆਰ ਹੀ ਸਭ ਕੁਝ ਨਫ਼ਰਤ ਤੇ ਛੋੜ ਦਿਓ ਨਾ ਪਰਾਂ ਅਖਤਰ ਲਾਵੇ ਨੂੰ ਪਿਆਰ ਨਹੀਂ ਅੱਲਾਹ ਤਾਲਾ ਨੇ ਇੰਨੇ ਭਾਗ ਲਾਏ ਨੇ
ਮੈਨੂੰ ਸਭ ਕੁਛ ਮੇਰੇ ਅੱਲਾ ਦੀ ਤਰਫੋਂ ਚਾਹਿਆ। ਇੱਕ ਨਿੱਕਾ ਜਿਹਾ ਮਾਮੂਲੀ ਅਖਤਰ ਲਾਵਾ ਪੂਰੀ ਦੁਨੀਆਂ ਚ ਮਸ਼ਹੂਰ ਹੋ ਗਿਆ, ਘੱਟ ਨਹੀਂ। ਵਾਦਾਉਲਾ ਸ਼ਰੀਫ ਜਿੰਨੇ ਇੱਜ਼ਤ ਦਿੱਤੀ ਹੈ, ਮੇਰੀ ਇੱਜ਼ਤ ਹੁਣ ਕੋਈ ਨਹੀਂ ਛੀਨ ਸਕਦਾ। ਇਹ ਤਾਂ ਪੈਗਾਮ ਹੋ ਗਿਆ ਅਖਤਰ ਲਾਵਾ ਸਾਹਿਬ ਦਾ, ਜੋ ਕਿ ਛਾਏ ਔਰ ਛਾਏ ਹੀ ਰਹੇਗੇ। ਇਮਰਾਨ ਆਪ ਕਿਆ ਕਹੇਂਗੇ? ਮੈਂ ਯਹੀ ਅਰਜ਼ ਕਰੂੰਗਾ ਕਿ ਆਰਜ਼ੂਓਂ ਕੀ ਤਸਵੀਰੋਂ ਮੇਂ ਰੰਗ ਵਫਾ ਕਾ ਭਰਨਾ ਹੈ, ਆਰਜ਼ੂਓਂ ਕੀ ਤਸਵੀਰੋਂ ਮੇਂ ਰੰਗ ਵਫਾ ਕਾ ਭਰਨਾ ਹੈ, ਆਪਣੇ ਦੇਸ਼ ਕੀ ਖਾਤਿਰ ਹਮਕੋ ਅਭੀ ਬਹੁਤ ਕੁਛ ਕਰਨਾ ਹੈ। ਬਹੁਤ ਖੂਬਸੂਰਤ। ਹਮੇਂ ਆਪਣੇ ਮੁਲਕ ਕੇ ਲੀਏ, ਆਪਣੇ ਬਜ਼ੁਰਗੋਂ ਕੇ ਲੀਏ, ਆਪਣੇ ਉਸ ਜੋ ਇੱਕ ਬਹੁਤ ਬੜੀ ਜ਼ਿੰਮੇਦਾਰੀ ਜੋ ਅੱਲਾਹ ਤਾਲਾ ਨੇ ਹਮੇਂ ਦੀ ਹੈ, ਆਪਣੇ ਆਪਣੇ ਐਂਡ ਸੇ, ਆਪਣੀ ਆਪਣੀ ਜ਼ਾਤ ਸੇ, ਅਗਰ ਆਪ ਆਪਣੇ ਸਾਢੇ ਪਾਂਚ ਫੁੱਟ, ਛੇ ਫੁੱਟ, ਸਾਢੇ ਛੇ ਫੁੱਟ ਕੱਦ ਪੇ ਇੰਪਲੀਮੈਂਟ ਨਹੀਂ ਕਰ ਸਕਤੇ ਵੋ ਚੀਜ਼ੇ, ਤੋ ਆਪ ਲੋਗੋਂ ਸੇ ਐਕਸਪੈਕਟ ਨਹੀਂ ਕਰ ਸਕਤੇ। ਸਬਸੇ ਪਹਿਲੇ ਤਬਦੀਲੀ ਆਪਣੀ ਜ਼ਾਤ ਮੇਂ ਪੈਦਾ ਕੀਜੀਏ, ਸਾਰੀ ਚੀਜ਼ੇ ਆਪਣੇ ਆਪ ਦਰੁਸਤ ਹੋ ਜਾਏਗੀ। ਬਹੁਤ ਅੱਛਾ ਜੀ, ਬਹੁਤ ਜ਼ਬਰਦਸਤ ਜ਼ਬਰਦਸਤ ਦੋਨੋਂ ਜੋ ਸ਼ਖਸੀਅਤ ਹਮਾਰੇ ਪਾਸ ਮੌਜੂਦ ਹੈ ਆਜ, ਇਨਕੇ ਸਾਥ ਬਾਤੇ ਕਰਤੇ ਹੋਏ ਵਕਤ ਕਾ ਪਤਾ ਹੀ ਨਹੀਂ ਚਲਾ, ਵਕਤ ਕੈਸੇ ਗੁਜ਼ਰ ਗਿਆ। ਔਰ ਵਕਤ ਵਹੀ ਅੱਛਾ ਹੋਤਾ ਹੈ ਜੋ ਕਿ ਖੁਸ਼ ਉਸਲੂਬੀ ਕੇ ਸਾਥ ਗੁਜ਼ਰ ਜਾਏ ਔਰ ਜ਼ਹਿਨੋਂ ਮੇਂ ਯਾਦਗਾਰ ਨਕੂਸ਼ ਛੋੜ ਜਾਏ। ਔਰ ਯਕੀਨਨ ਆਜ ਕੀ ਇਹ ਜੋ ਹਸੀਨ ਸ਼ਾਮ ਹੈ, ਇਹ ਬਹੁਤ ਹੀ ਉਮਦਾ ਹੈ ਔਰ ਹਮੇਸ਼ਾ ਯਾਦ ਰਹੇਗੀ। ਇਨ ਪਿਆਰੇ ਲੋਗੋਂ ਕੀ ਜੋ ਕੁਰਬਤ ਮੁਯੱਸਰ ਆਈ, ਔਰ ਯਕੀਨਨ ਆਪ ਲੋਗੋਂ ਕੋ ਯੇ ਵੀ ਪਤਾ ਚਲਾ ਹੋਗਾ ਕਿ ਕੈਸੇ ਜੋ ਹੈ ਵੋ ਅਖਤਰ ਲਾਵਾ ਬਨ ਗਿਆ ਔਰ ਕੈਸੇ ਅੱਲਾਹ ਤਾਲਾ ਕੀ ਜ਼ਾਤ ਨੇ ਇਨ ਪੇ ਕਰਮ ਕੀਆ। ਔਰ ਯੇ ਆਜ ਲਾਖੋਂ ਦਿਲੋਂ ਕੀ ਧੜਕਨ ਹੈ ਔਰ ਇਮਰਾਨ ਕਾ ਤੋ ਖੈਰ ਕੋਈ ਸਾਨੀ ਨਹੀਂ ਹੈ, ਦੁਨੀਆ ਮੌਸੀਕੀ ਮੇਂ ਆਪਣੀ ਖਿਦਮਾਤ ਸਰ ਅੰਜਾਮ ਦੇ ਰਹੇ, ਆਪਣੇ ਵਾਲਿਦ ਹੀ ਕੀ ਜੋ ਰਿਵਾਇਤ ਹੈ ਉਸਕੋ ਲੈ ਕੇ ਆਗੇ ਬੜ ਰਹੇ ਹੈ। ਸਬਸੇ ਬੜ ਕੇ ਯੇ ਬਾਤ ਹੋਤੀ ਹੈ ਕਿ ਜਬ ਆਪਕੇ ਪੇਰੈਂਟਸ ਕੋਈ ਚੀਜ਼ ਛੋੜਤੇ ਹੈ, ਆਪ ਉਸਕੇ ਉੱਪਰ ਚਲਤੇ ਹੋਏ, ਉਸੀ ਰਸਤੇ ਕੇ ਉੱਪਰ ਚਲਤੇ ਹੋਏ ਉਸੇ ਅਮਰ ਕਰੀ ਰੱਖਤੇ ਹੈ ਔਰ ਉਸਕੋ ਉਨਕੀ ਯਾਦ ਬਣਾ ਦੇਤੇ ਹੈ। ਸਬਸੇ ਬੜ ਕੇ ਵੋ ਔਲਾਦ ਸਬਸੇ ਪਰਫੈਕਟ ਹੈ ਜੋ ਕਿ ਆਪਣੇ ਬਜ਼ੁਰਗੋਂ ਕੀ ਰਿਵਾਇਤ ਕੋ, ਆਪਣੇ ਵਾਲਿਦੈਨ ਕੀ ਇਕਦਾਰ ਕੋ ਕਭੀ ਨਹੀਂ ਛੋੜਤੀ। ਔਰ ਸਲਿਊਟ ਹੈ ਇਨ ਬੱਚੋਂ ਪਰ ਜਿਨ੍ਹਾਂ ਨੇ ਆਪਣੇ ਵਾਲਿਦ ਕੀ ਰਿਵਾਇਤ ਕੋ ਜ਼ਿੰਦਾ ਰੱਖਾ ਔਰ ਦੁਨੀਆ ਮੌਸੀਕੀ ਮੇਂ ਕਾਮ ਕਰ ਰਹੇ ਹੈ, ਮੌਸੀਕੀ ਕੋ ਜ਼ਿੰਦਾ ਔਰ ਜਾਵੇਦ ਰੱਖਣੇ ਮੇਂ ਆਪਣਾ ਕਿਰਦਾਰ ਅਦਾ ਕਰ ਰਹੇ ਹੈ। ਯਹਾਂ ਪੇ ਪ੍ਰੋਗਰਾਮ ਕਾ ਵਕਤ ਖਤਮ ਹੋ ਗਿਆ ਹੈ। ਆਪਣੀ ਮੇਜ਼ਬਾਨ ਮੈਵਾਂਸਰ ਚੌਧਰੀ ਕੋ ਦੀਜੀਏਗਾ ਇਜਾਜ਼ਤ, ਅਗਲੇ ਹਫਤੇ ਫਿਰ ਮਿਲੇਂਗੇ ਨਏ ਮਹਿਮਾਨ ਕੇ ਸਾਥ। ਅੱਲਾਹ ਹਾਫਿਜ਼। ਔਰ ਜਾਣੇ ਸੇ ਪਹਿਲੇ ਇਮਰਾਨ ਕੋ ਰਿਕੁਐਸਟ ਕਰਤੇ ਹੈ ਕਿ ਇੱਕ ਜ਼ਬਰਦਸਤ ਸਾ ਛੋਟਾ ਸਾ ਗਾਣਾ ਹੋ ਜਾਏ। ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਕਿੱਥੋਂ ਸਿੱਖੀਆਂ ਨੇ ਤੁਸਾਂ ਨਜ਼ਰਾਂ ਚੁਰਾਣੀਆਂ, ਕਦੀ ਹੱਸ ਕੇ ਤੇ ਬੋਲੋ ਮੇਰੇ ਦਿਲ ਜਾਨੀਆਂ, ਓਏ ਮੇਰੀ ਜ਼ਿੰਦਗੀ ਦਾ ਖੋਵੋ ਨਾ ਸੁਰੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ।